ਕុំ ਮਤਾਲੇ ਹੰਦਾ ਗਿਆ ਮਤਾ ਪਾਸ ਵੀ ਕੀਤਾ ਗਿਆ ਵਿਧਾਨ ਸਭਾ ਚੱਕ ਕੇ 21 ਜੁਲਾਈ ਤੋਂ ਬਾਅਦ ਜਿਹੜਾ ਕੁਰਬਾਨੀ ਦਾ ਪ੍ਰਸਾਰਣ ਚੱਲੂ ਸ੍ਰੀ ਹਰਮੰਦਰ ਸਾਹਿਬ ਦਾ ਸਿੱਧਾ ਉਹ ਸਾਰੇ ਚੈਨਲਾਂ ਤੇ ਚੱਲੂ ਇਥੋਂ ਜਦੋਂ ਵੀ ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਕਿਤੇ ਜੇ ਸੋਧ ਕਰਨੀ ਪੈਂਦੀ ਹੈ ਤਾਂ ਉਹ ਐਸਜੀਪੀਸੀ ਦੇ ਕਹਿ ਤੋਂ ਹੀ ਸੋਧ ਜਿਹੜੀ ਹੁੰਦੀ ਰਹੀ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਸ ਤੋਂ ਪਹਿਲਾਂ ਇੱਕ ਵਾਰ ਵੀ ਕਦੇ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ ਕਿ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਕੁਈ ਸੋਧ ਕੀਤੀ ਗਈ ਹੋਵੇ ਸਰਕਾਰ ਵੱਲੋਂ ਤੇ ਉਹ ਬਿਨਾ ਇਸ ਜੀ ਪੀ ਸੀ ਦੇ ਕਹਿ ਤੋ ਕੀਤੀ ਹੋਵੇ ਕਿਉਂ ਸੋ ਮੈਨੂੰ ਲੱਗਦਾ ਹੈ ਕਿ ਜਿਹੜਾ ਇਹ ਸਾਡਾ ਸਿੱਖ ਗੁਰਦੁਆਰਾ ਐਕਟ 325 ਹੈ ਇਹ ਇੰਟਰ ਸਟੇਟ ਮਸਲਾ ਹੈ ਅੱਜ ਵੀ ਕਿਉਂਕਿ ਭਾਵੇਂ ਹਰਿਆਣਾ ਬਾਹਰ ਨਿਕਲ ਗਿਆ ਪਰ ਅੱਜ ਵੀ ਹਿਮਾਚਲ ਤੋਂ ਇੱਕ ਐ ਜੀ ਪੀ ਸੀ ਮੈਂਬਰ ਇਹਦੇ ਵਿੱਚ ਆਉਂਦਾ ਸ਼੍ਰੋਮਣੀ ਕਮੇਟੀ 'ਚ ਔਰ ਇੱਕ ਜਿਹੜਾ ਚੰਡੀਗੜ੍ਹ ਤੋਂ ਆਉਂਦਾ ਇਸ ਕਰਕੇ ਅੱਜ ਵੀ ਇਹ ਜਿਹੜਾ ਸਬਜੈਕਟ ਹੈਗਾ ਸੈਂਟਰ ਸਰਕਾਰ ਨਾਲ ਸੰਬੰਧਿਤ ਹੈ ਉਹਨਾਂ ਦੀ ਭਾਵਨਾ ਸੁੱਧ ਹੋ ਸਕਦੀ ਹੈ ਕਿ ਸਾਰੇ ਲੋਕ ਹੀ ਉਹਦੇ ਤੋਂ ਆਪਣਾ ਪ੍ਰਸਾਰਣ ਜਿਹੜਾ ਚਲਾ ਸਕਦੇ ਨੇ ਪਰ ਇਹ ਗੱਲ ਦੇ ਨਾਲ ਸਾਨੂੰ ਹੁਣ ਇਹ ਸਮਝਣਾ ਪਊਗਾ ਕਿ ਭਵਿੱਖ ਦੇ ਵਿੱਚ ਜਿਹੜੀ ਇੱਕ ਉਦਾਹਰਨ ਸਿੱਟ ਹੋ ਰਹੀ ਹੈ ਉਹ ਬਹੁਤ ਖਤਰਨਾਕ ਹੈ ਮਤਲਬ ਅੱਜ ਜਿਹੜੀ ਸਰਕਾਰੀ ਦਖਲ ਇਹ ਚ ਕੋਈ ਸ਼ੱਕ ਨਹੀਂ ਸਰਕਾਰੀ ਦਖਲ ਅੰਦਾਜ਼ੀ ਹੈ ਪਰ ਇਹਦਾ ਸਾਰਾ ਮਾਹੌਲ ਜਿਹੜਾ ਬਣਿਆ ਇਹਦੇ ਲਈ ਐਜੀਪੀਸੀ ਦੇ ਮੌਜੂਦਾ ਪ੍ਰਬੰਧਕ ਬਾਦਲ ਹੋਰੀ ਸਾਰੇ ਦੇ ਸਾਰੇ ਜ਼ਿੰਮੇਵਾਰ ਨੇ ਇਹ ਜਿਹੜਾ ਮਾਨ ਸਰਕਾਰ ਦਾ ਜਿਹੜਾ ਤਰੀਕਾ ਹੈਗਾ ਇਹ ਬਿਲਕੁਲ ਗੈਰ ਸਿਧਾਂਤਕ ਹੈ ਇਹ ਠੀਕ ਤਰੀਕਾ ਨਹੀਂ ਹੈ ਉਹ ਐ ਰੱਟ ਲਾਈ ਆ ਉਹਨਾਂ ਨੇ ਇੱਕੋ ਗੱਲ ਕਹੀ ਜਾਂਦੇ ਆ ਕਿ ਦਖਲ ਅੰਦਾਜ਼ੀ ਹੋ ਗਈ ਸਰਕਾਰ ਦੀ ਦਖਲ ਅੰਦਾਜ਼ੀ ਹੋ ਗਈ ਇਹ ਗੱਲ ਸੱਚੀ ਹੈ ਪਰ ਇਹ ਅਧੂਰਾ ਸੱਚ ਹੈ ਜਿਹੜੀ ਰਾਜ ਸਰਕਾਰ ਨੇ ਦਖਲ ਅੰਦਾਜ਼ੀ ਕੀਤੀ ਆ ਇਹ ਬਾਦਲ ਨੇ ਇਹਦਾ ਰਾਹ ਖੋਲ੍ਹਿਆ ਸੀਗਾ ਉਹ ਤਾਂ ਜਾ ਕੇ ਹੋਈ ਜਿਹੜੇ ਬਾਦਲਾਂ ਨੂੰ ਮਾੜਾ ਕਹਿੰਦੇ ਨੇ ਕਹਿਣਾ ਵੀ ਚਾਹੀਦਾ ਪਰ ਬਾਦਲਾਂ ਨੂੰ ਮਾੜਾ ਕਹਿੰਦੇ ਕਹਿੰਦੇ ਉਹ ਨਵੇਂ ਬਾਦਲ ਪੈਦਾ ਹੋ ਰਹੇ ਨੇ ਕਹੀ ਵੀ ਬਿਲਕੁਲ ਉਸੇ ਤਰ੍ਹਾਂ ਵੀ ਜਿਵੇਂ ਬਾਦਲ ਮਸਤੀ ਕਰਦਾ ਰਿਹਾ ਹੁਣ ਜੇ ਸਾਡਾ ਦਾ ਲੱਗ ਜੇ ਸਵਾਲ ਕੀਤਾ ਅਮਰਜੀਤ ਸਿੰਘ ਚਾਵਲਾ ਨੂੰ ਕਿ ਜਿਹਨੂੰ ਪੰਥਰਤਨ ਕਹਿੰਦੇ ਹੋ ਉਹਦਾ ਸਿਵਾ ਪਰੋਲਿਆ ਗਿਆ ਉਹਦੇ ਫੁੱਲ ਚੁਗੇ ਗਏ ਉਹਦੀਆਂ ਹੱਡੀਆਂ ਚੁਗੀਆਂ ਤੁਸੀਂ ਬਾਦਲ ਦੀਆਂ ਕੀ ਇਹ ਸਿਕਰਤ ਮਰਿਆਦਾ ਇਜਾਜ਼ਤ ਦਿੰਦੀ ਹੈ ਤਾਂ ਇਹਦਾ ਜਵਾਬ ਉਹਨਾਂ ਨੇ ਇਹ ਦਿੱਤਾ ਕਿ ਕੇ ਜੀ ਰਹਿਤ ਮਰਿਆਦਾ ਦਾ ਇਹ ਫਾਈਨਲੀ ਨਹੀਂ ਖੜ ਰਹਾ ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਹੇ ਹਾਂ ਬਾਰ ਬਾਰ ਉਹਨਾਂ ਨੇ ਇਹ ਗੱਲ ਕੀਤੀ ਆ ਉਹਨਾਂ ਨੇ ਫੋਨ ਚੱਕ ਕੇ ਮੈਂ ਫਤਿਹ ਸਾਂਝੀ ਕੀਤੀ ਪ੍ਰਧਾਨ ਸਾਹਿਬ ਵਾਇਕੁਲ ਜੀ ਕਾ ਖਾਲਸਾ ਵੈਰੀ ਫਤਿਹ ਫਤਿਹ ਤੋਂ ਬਾਅਦ ਉਹ ਕਹਿੰਦੇ ਨੇ ਕਿ ਤੁਹਾਡਾ ਮੈਂ ਮੈਂ ਟੈਲੀਫੋਨ ਆਉਣ ਦੇ ਨਾਲ ਹੀ ਤੁਹਾਡਾ ਲਾਂਭਾ ਵੀ ਮੈਨੂੰ ਮਿਲ ਗਿਆ ਮੇਰੀ ਗੱਲ ਨਹੀਂ ਸੁਣੀ ਮੈਂ ਤੇ 에ਰਪੋਰਟ ਤੇ ਬੈਠਾ ਇਹ ਤੇ ਆਪਾਂ ਡਿਸਕਸ ਕਰਦੇ ਹਾਂ ਅਸੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰਕੇ ਫੋਨ ਕੱਟ ਦਿੰਦੇ ਆ ਮੈਂ ਕਹਿਣਾ ਚਾਹੁੰਦਾ ਕਿ ਧਾਮੀ ਸਾਹਿਬ ਜਿਹੜਾ ਮੱਥਾ ਲਾਉਣ ਦੀ ਗੱਲ ਕਰਦੇ ਹੋ ਗੁਰੂ ਨਾਲ ਮੱਥਾ ਤੁਹਾਡੇ ਚਿਹਤਿਆਂ ਨੇ ਪਹਿਲਾਂ ਲਾਇਆ ਤੇ ਮਤਲਬ ਜਦੋਂ ਅਕਾਲ ਤਖਤ ਸਾਹਿਬ ਨੂੰ ਬਾਰ ਬਾਰ ਚੈਲੰਜ ਹੋਇਆ ਬਿਨਾ ਮੰਗਿਆ ਮਾਫੀ ਮੰਗਾਉਣੀ ਉਹ ਪੂਰੀ ਲੰਮੀ ਲਿਸਟ ਹੈ ਮੱਥਾ ਕਦੋਂ ਲਾਇਆ ਗਿਆ ਤੇ ਅੱਜ ਵੀ ਤਾਂ ਮੱਥਾ ਹੀ ਲਾਇਆ ਜਾ ਰਿਹਾ ਹੈ ਨਾ ਕਿ ਤੁਸੀਂ ਖਾਮ ਖਾ ਇੱਕ ਚੈਨਲ ਦੀ ਜਿਹੜੀ ਹੈਗੀ ਆ ਉਹਨੂੰ ਉੱਪਰ ਚੱਕਣ ਵਾਸਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਰੋਹਾਨੀ ਬਾਣੀ ਦੇ ਉੱਤੇ ਇਸ ਤਰ੍ਹਾਂ ਕਾਬਜ਼ ਹੋ ਕੇ ਰਹਿਣਾ ਬਿਲਕੁਲ ਜ਼ਾਇਜ਼ ਹੈ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਅੱਜ ਵਿਧਾਨ ਸਭਾ ਸੈਸ਼ਨ ਚੱਲਿਆ ਸੈਸ਼ਨ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਫੀ ਬਿਆਨਬਾਜ਼ੀ ਵੀ ਕੀਤੀ ਜਨਨ ਕਿ ਜੇ ਸੈਸ਼ਨ ਦੀ ਗੱਲ ਆ ਇਹ ਸੈਸ਼ਨ ਦੇ ਵਿੱਚ ਇੱਕ ਹੀ ਮੁੱਦਾ ਚੱਲਿਆ ਕਿਉਂਕਿ ਕੱਲ ਵੀ ਜਿਹੜੀ ਗੱਲਬਾਤ ਹੋਈ ਉਹੀ ਹੋਈ ਆ ਕਿ ਐਸਜੀਪੀਸੀ ਕਿਉਂ ਇੱਕ ਚੈਨਲ ਤੇ ਹੀ ਆਪਣਾ ਪ੍ਰੋਗਰਾਮ ਪ੍ਰਸਾਰਿਤ ਕਰ ਦਿਆ ਜਨਨ ਕਿ ਸ੍ਰੀ ਹਰਮੰਦਰ ਸਾਹਿਬ ਤੋਂ ਜੋ ਗੁਰਬਾਣੀ ਚੱਲਦੀ ਆ ਇੱਕ ਨਿੱਜੀ ਚੈਨਲ ਤੇ ਕਿਉਂ ਚੱਲਦੀ ਆ ਉਹਦੀ ਕਿਤੇ ਨਾ ਕਿਤੇ ਟੈਲੀਕਾਸਟ ਸਾਰਿਆਂ ਤੇ ਹੋਵੇ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਵੀ ਕੀਤਾ ਕਿ 21 ਜੁਲਾਈ ਤੋਂ ਬਾਅਦ ਸਾਰੇ ਚੈਨਲਾਂ ਤੇ ਜਿਹੜੀ ਵੀ ਟੈਲੀਕਾਸਟ ਹੋਇਆ ਕਰੂ ਉਹ ਹੋਇਆ ਕਰੂਗੀ ਉਸ ਤੋਂ ਬਾਅਦ ਲਗਾਤਾਰ ਬਿਆਨਬਾਜ਼ੀ ਹੋ ਰਹੀ ਆ ਕਿਉਂਕਿ ਪਹਿਲਾਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬਿਆਨਬਾਜ਼ੀ ਕੀਤੀ ਕਿ ਦਖਲ ਅੰਦਾਜ਼ੀ ਐਸਜੀਪੀਸੀ ਸਿੱਖਾਂ ਦੀ ਸੰਸਥਾ 'ਚ ਕਰਨ ਤੋਂ ਬਾਜ਼ ਆ ਜੋ ਇੱਥੋਂ ਤੱਕ ਕਿਹਾ ਪਰ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਰਗਵੀਰ ਸਿੰਘ ਵੀ ਅੱਜ ਕੈਮਰੇ ਸਾਹਮਣੇ ਆਏ ਉਹਨਾਂ ਨੇ ਵੀ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਇਹ ਗੱਲ ਆਖੀ ਆ ਕਿ ਜੇ ਜਿਵੇਂ ਵੀ ਗੱਲਬਾਤ ਚੱਲ ਰਹੀ ਆ ਇਹਨੂੰ ਸਹੀ ਤਰੀਕੇ ਨਾਲ ਹੈਂਡਲ ਕਰੋ ਕਿਉਂਕਿ ਸਿੱਖਾ ਸਿੱਖਾਂ ਦੀ ਮਹਾਨ ਸੰਸਥਾ ਐਸਜੀਪੀਸੀ ਉਸ ਤੋਂ ਬਾਅਦ ਲਗਾਤਾਰ ਉਹਨਾਂ ਨੇ ਇਹ ਵੀ ਗੱਲ ਆਖੀ ਆ ਕਿ ਪੰਜਾਬ ਸਰਕਾਰ ਦੇ ਨੁਮਾਇੰਦੇ ਉੱਥੇ ਬੈਠਣ ਕੁਝ ਨੁਮਾਇੰਦੇ ਐਸਜੀਪੀਸੀ ਦੇ ਬੈਠਣ ਅਤੇ ਸਾਰਥਕ ਕੋਈ ਨਤੀਜਾ ਕੱਢਣਾ ਐਵੇਂ ਬਿਆਨਬਾਜ਼ੀ ਕਰਕੇ ਕੋਈ ਫਾਇਦਾ ਨਹੀਂ ਇਸ ਵਿਸ਼ੇ ਤੇ ਗੱਲ ਕਰਨ ਲਈ ਸਾਡੇ ਨਾਲ ਭਾਈ ਹਰਜਿੰਦਰ ਸਿੰਘ ਮਾਜੀ ਸਿੱਖ ਪ੍ਰਚਾਰਕ ਨੇ ਸਾਡੇ ਨਾਲ ਮੌਜੂਦ ਨੇ ਕਰਾਂਗੇ ਗੱਲਬਾਤ ਮਾਜੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਜੀ ਸਾਹਿਬ ਕਿਵੇਂ ਦੇਖਦੇ ਹੋ ਵਿਧਾਨ ਸਭਾ ਵਿਸ਼ੇਸ਼ ਸੈਸ਼ਨ ਨੂੰ ਸੱਦਿਆ ਗਿਆ ਜੀ ਦੂਸਰਾ ਦਿਨ ਸੀ ਅੱਜ ਇੱਕ ਮਤਾ ਲਿਆਂਦਾ ਗਿਆ ਮਤਾ ਪਾਸ ਵੀ ਕੀਤਾ ਗਿਆ ਵਿਧਾਨ ਸਭਾ ਚੱਕ ਕੇ 21 ਜੁਲਾਈ ਤੋਂ ਬਾਅਦ ਜਿਹੜਾ ਗੁਰਬਾਣੀ ਦਾ ਪ੍ਰਸਾਰਣ ਚੱਲੂ ਸ੍ਰੀ ਹਰਿਮੰਦਰ ਸਾਹਿਬ ਦਾ ਸਿੱਧਾ ਉਹ ਸਾਰੇ ਚੈਨਲਾਂ ਤੇ ਚੱਲੂ ਇੱਥੋਂ ਤੱਕ ਸਾਰੀ ਗੱਲ ਸਾਹਮਣੇ ਤੁਹਾਡੇ ਧਿਆਨ ਚ ਹੈਗੀ ਵੀ ਆ ਕਿਵੇਂ ਦੇਖਦੇ ਹੋ ਸਾਰੇ ਮਸਲੇ ਨੂੰ ਦੇ ਕੋਪ ਪਹਿਲੀ ਗੱਲ ਇਹ ਹੈ ਕਿ ਦੁਨੀਆ ਭਰ ਵਿੱਚ ਵਸਦੇ ਹੋਏ ਜਿਹੜੇ ਸਿੱਖ ਨੇ ਉਹ ਇਹ ਗੱਲ ਸਮਝਦੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਪਾਵਨ ਬਾਣੀ ਹੈ ਉਹ ਸਮੁੱਚੀ ਮਨੁੱਖਤਾ ਦੇ ਲਈ ਹੈ ਤੇ ਸ੍ਰੀ ਦਰਬਾਰ ਸਾਹਿਬ ਜਿਹੜਾ ਸਰਬਸਾਂਝਾ ਹੈ ਔਰ ਉੱਥੇ ਜਿਹੜਾ ਕੀਰਤਨ ਕਰਦੇ ਨੇ ਸਾਡੇ ਗੁਰੂ ਘਰ ਦੇ ਸਨਮਾਨਯੋਗ ਕੀਰਤਨੀਏ ਸਿੰਘ ਨੇ ਗਰੰਥੀ ਸਿੰਘ ਨੇ ਤਾਂ ਇਹ ਗੁਰਬਾਣੀ ਦੇ ਉੱਪਰ ਕਿਸੇ ਵਿਸ਼ੇਸ਼ ਇੱਕ ਚੈਨਲ ਦਾ ਪੀਟੀਸੀ ਦਾ ਹੱਕ ਹੋਣਾ ਕਿਸੇ ਵੀ ਤਰ੍ਹਾਂ ਜੈਜ ਨਹੀਂ ਕਿਹਾ ਜਾ ਸਕਦਾ ਪਰ ਇਹ ਗੱਲ ਥੋੜੀ ਜੀ ਮੈਂ ਅਮਨ ਜੀ ਬੇਨਤੀ ਕਰੂੰਗਾ ਕਿ ਬੜੀ ਗਹਿਰਾਈ ਨਾਲ ਸਮਝਣ ਵਾਲੀ ਹੈ ਇਹਦਾ ਪਿਸ਼ੋਕੜ ਕੀ ਆ ਕਿ ਸਿੱਖ ਗੁਰਦੁਆਰਾ ਐਕਟ ਜਿਹੜਾ 1925 ਹੈ ਉਹਦੇ ਮੁਤਾਬਕ ਅਸਲ ਦੇ ਵਿੱਚ ਇਹ ਸੀਗਾ ਕਿ ਜਦੋਂ ਵੀ ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਕਿਤੇ ਜੇ ਸੋਧ ਕਰਨੀ ਪੈਂਦੀ ਹੈ ਤਾਂ ਉਹ ਐਸਜੀਪੀਸੀ ਦੇ ਕਹੇ ਤੋਂ ਹੀ ਸੋਧ ਜਿਹੜੀ ਹੁੰਦੀ ਰਹੀ ਹੈ ਮਾਸਟਰ ਤਾਰਾ ਸਿੰਘ ਜੀ ਤੇ ਪੰਡਤ ਜਵਾਹਰ ਲਾਲ ਨਹਿਰੂ ਦੇ ਦਰਮਿਆਨ ਇੱਕ ਸਮਝੌਤਾ ਵੀ ਹੋਇਆ ਸੀ ਜਿਹੜਾ ਇਸੇ ਤਰ੍ਹਾਂ ਦਾ ਸਮਝੌਤਾ ਸੀਗਾ ਭਾਰਤ ਸਰਕਾਰ ਤੇ ਸਿੱਖਾਂ ਦਾ ਕਿ ਕੋਈ ਵੀ ਜਿਹੜਾ ਆਪਣੀ ਮਰਜ਼ੀ ਦੇ ਨਾਲ ਸਰਕਾਰ ਇਹਦੇ ਵਿੱਚ ਬਾਦਖਾਟ ਨਹੀਂ ਕਰੂਗੀ ਜਿਹੜੀ ਸਿੱਖ ਗੁਰਦੁਆਰਾ ਐਕਟ 1925 ਹੈ ਤਾਂ ਮੈਂ ਦੱਸਣਾ ਚਾਹੁੰਦਾ ਜਦੋਂ ਪੰਜਾਬ ਵੱਡਾ ਪੰਜਾਬ ਸੀ 1966 ਤੋਂ ਪਹਿਲਾਂ ਦੋ ਬਾਰ ਇਸ ਐਕਟ ਦੇ ਵਿੱਚ ਸੋਧ ਹੋਈ ਹੈ 1953 ਦੇ ਵਿੱਚ ਤੇ 1959 ਦੇ ਵਿੱਚ ਉਹ ਸਟੇਟ ਸਰਕਾਰ ਨੇ ਕੀਤੀ ਹੈ ਤੇ ਉਸ ਤੋਂ ਬਾਅਦ 1966 ਤੋਂ ਬਾਅਦ ਕਿਉਂਕਿ ਪੰਜਾਬ ਦਾ ਬਹੁਤ ਸਾਰਾ ਹਿੱਸਾ ਕੱਟਿਆ ਗਿਆ ਚੰਡੀਗੜ੍ਹ ਵੀ ਬਾਹਰ ਰਹਿ ਗਿਆ ਤਾਂ ਇਹ ਸੋਧ ਜਿਹੜੀ ਕੀਤੀ ਗਈ ਵਾਰ-ਵਾਰ ਉਹ ਕੀਤੀ ਹੈ ਸੈਂਟਰ ਸਰਕਾਰ ਨੇ 1978 ਦੇ ਵਿੱਚ 1995 ਦੇ ਵਿੱਚ 1996 ਦੇ ਵਿੱਚ 1999 ਦੇ ਵਿੱਚ ਤੇ 2015 ਦੇ ਵਿੱਚ ਉਹ پیسے ਉਹ ਬੇਸਿਕ ਕਿਵੇਂ ਦੀ ਸੋਸ ਸੀ ਮਾਜੀ ਸਾਹਿਬ ਜਿਹੜੀਆਂ ਉਹ ਕੀਤੀਆਂ ਉਹ ਜਿਹੜੀਆਂ ਸੌਦਾ ਹੋਈਆਂ ਜਿਹੜੀਆਂ ਉਹ ਸੌਦਾ ਦੇ ਵਿੱਚ ਕੀ ਸੀ ਕਿ ਉਹਦੇ ਵਿੱਚ SGPC ਨੇ ਕਿਹਾ ਸਮੇਂ-ਸਮੇਂ ਤੇ ਪਹਿਲਾਂ ਉਹਨਾਂ ਨੇ ਪੰਜਾਬ ਸਰਕਾਰ ਨੂੰ ਕਿਹਾ ਤੇ ਬਾਅਦ ਦੇ ਵਿੱਚ ਸੈਂਟਰ ਸਰਕਾਰ ਨੂੰ ਕਿਹਾ ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਸ ਤੋਂ ਪਹਿਲਾਂ ਇੱਕ ਵਾਰ ਵੀ ਕਦੇ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ ਕਿ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਕੋਈ ਸੋਧ ਕੀਤੀ ਗਈ ਹੋਵੇ ਸਰਕਾਰ ਵੱਲੋਂ ਤੇ ਉਹ ਬਿਨਾਂ ਐਸਜੀਪੀਸੀ ਦੇ ਕਹਿ ਤੋਂ ਕੀਤੀ ਹੋਵੇ ਕਿਉਂਕਿ ਇਹ ਇਹ ਜਿਹੜਾ ਸਮਝੌਤਾ ਹੋਇਆ ਹੋਇਆ ਸੀਗਾ ਹੁਣ ਮਸਲਾ ਕੀ ਹੈ ਕਿ ਜਿਵੇਂ ਭਗਵੰਤ ਮਾਨ ਜੀ ਹਰਿਆਣਾ ਦਾ ਹਵਾਲਾ ਦੇ ਰਹੇ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਾਂ ਅਸਲ ਵਿੱਚ ਗੱਲ ਕੀ ਹੈ ਕਿ ਜਦੋਂ ਹਰਿਆਣੇ ਦੇ ਸਿੱਖਾਂ ਨੇ ਆਪਣੀ ਵੱਖਰੀ ਗੁਰਦੁਆਰਾ ਕਮੇਟੀ ਬਣਾ ਲਈ ਇਹਨੂੰ ਚੈਲੰਜ ਕੀਤਾ ਐਜੀਪੀਸੀ ਨੇ ਸੁਪਰੀਮ ਕੋਰਟ ਦੇ ਵਿੱਚ ਤਾਂ ਉੱਥੋਂ ਸੁਪਰੀਮ ਕੋਰਟ ਨੇ ਕਹਿਤਾ ਕਿ ਜਿਹੜਾ ਇਹ ਇਹ ਆਪਣੇ ਤੌਰ ਤੇ ਜੇ ਕਮੇਟੀ ਬਣਾ ਸਕਦੇ ਨੇ ਤਾਂ ਇਹ ਫੈਸਲੇ ਕਰ ਸਕਦੇ ਆ ਸੋ ਮੈਨੂੰ ਲੱਗਦਾ ਹੈ ਕਿ ਜਿਹੜਾ ਇਹ ਸਾਡਾ ਸਿੱਖ ਗੁਰਦੁਆਰਾ ਐਕਟ 252 ਹੈ ਇਹ ਇੰਟਰ ਸਟੇਟ ਮਸਲਾ ਹੈ ਅੱਜ ਵੀ ਕਿਉਂਕਿ ਭਾਵੇਂ ਹਰਿਆਣਾ ਬਾਹਰ ਨਿਕਲ ਗਿਆ ਪਰ ਅੱਜ ਵੀ ਹਿਮਾਚਲ ਤੋਂ ਇੱਕ ਐ ਜੀ ਪੀ ਸੀ ਮੈਂਬਰ ਇਹਦੇ ਵਿੱਚ ਆਉਂਦਾ ਸ਼੍ਰੋਮਣੀ ਕਮੇਟੀ ਚ ਔਰ ਇੱਕ ਜਿਹੜਾ ਚੰਡੀਗੜ੍ਹ ਤੋਂ ਆਉਂਦਾ ਇਸ ਕਰਕੇ ਅੱਜ ਵੀ ਇਹ ਜਿਹੜਾ ਸਬਜੈਕਟ ਹੈਗਾ ਸੈਂਟਰ ਸਰਕਾਰ ਨਾਲ ਸੰਬੰਧਿਤ ਹੈ ਤੇ ਸੈਂਟਰ ਸਰਕਾਰ ਵੀ ਸਿਧਾਂਤਕ ਤੌਰ ਤੇ ਜੇ ਕਹਿਣਾ ਹੋਵੇ ਉਹਨਾਂ ਚਿਰ ਇਹਦੇ ਵਿੱਚ ਕੋਈ ਬਾਤ ਕੱਟ ਨਹੀਂ ਕਰ ਸਕਦੀ ਜਿੰਨਾ ਚਿਰ ਐ ਜੀ ਪੀ ਸੀ ਜਿਹੜੀ ਆ ਉਹ ਕੋਈ ਇਹਨਾਂ ਨੂੰ ਨਹੀਂ ਕਹਿੰਦੀ ਤਾਂ ਹੁਣ ਗੱਲ ਕੀ ਹੋਈ ਆ ਅਸਲ ਵਿੱਚ ਕਿ ਜੋ ਬਾਦਲਾ ਨੇ ਪਿਛਲੇ ਸਮਿਆਂ ਤੋਂ ਲਗਾਤਾਰ ਗੰਧ ਪਾਇਆ ਗੁਰਦੁਆਰਾ ਸਾਹਿਬ ਦੇ ਸਿਸਟਮ ਦੇ ਵਿੱਚ ਐ ਜੀ ਪੀ ਸੀ ਦੇ ਮੌਜੂਦਾ ਪ੍ਰਬੰਧਕਾਂ ਨੇ ਜਿਹੜੇ ਹਾਲਾਤ ਖਰਾਬ ਕੀਤੇ ਉੱਥੇ ਇਸ ਕਰਕੇ ਸਾਰੇ ਸਿੱਖ ਇਹਨਾਂ ਤੋਂ ਬਹੁਤ ਜ਼ਿਆਦਾ ਦੁਖੀ ਨੇ ਉਸ ਕਰਕੇ ਕੀ ਹੈ ਮਤਲਬ ਇਹ ਜਿਹੜਾ ਭਗਵੰਤ ਮਾਨ ਸੀਐਮ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਮੈਂ ਉਹਨਾਂ ਦੀ ਭਾਵਨਾ ਤੇ ਕੋਈ ਸ਼ੱਕ ਨਹੀਂ ਕਰਦਾ ਉਹਨਾਂ ਦੀ ਭਾਵਨਾ ਸੁੱਧ ਹੋ ਸਕਦੀ ਹੈ ਕਿ ਸਾਰੇ ਲੋਕ ਹੀ ਉਹਦੇ ਤੋਂ ਆਪਣਾ ਪ੍ਰਸਾਰਣ ਜਿਹੜਾ ਚਲਾ ਸਕਦੇ ਨੇ ਪਰ ਇਹ ਗੱਲ ਦੇ ਨਾਲ ਸਾਨੂੰ ਹੁਣ ਇਹ ਸਮਝਣਾ ਪਊਗਾ ਕਿ ਭਵਿੱਖ ਦੇ ਵਿੱਚ ਜਿਹੜੀ ਇੱਕ ਉਦਾਹਰਨ ਸੈੱਟ ਹੋ ਰਹੀ ਹੈ ਉਹ ਬਹੁਤ ਖਤਰਨਾਕ ਹੈ ਕਿ ਇਹਦਾ ਮਤਲਬ ਸਰਕਾਰ ਦੀ ਸਿੱਧੀ ਜਿਹੜੀ ਤਖਲੰਦਾਜੀ ਆ ਹਾਲਾਂਕਿ ਇਹਦਾ ਜਿਹੜਾ ਰਾਹ ਹੈ ਉਹ ਬਾਦਲਾਂ ਨੇ ਖੋਲਿਆ ਪਰ ਉਸ ਰਾਹ ਦੇ ਉੱਤੇ ਚੱਲ ਕੇ ਇਹ ਸਰਕਾਰ ਦੀ ਜਿਹੜੀ ਸਿੱਧੀ ਤਖਲੰਦਾਜੀ ਹੈ ਅੱਜ ਇਹ ਮਤਾ ਪੈ ਗਿਆ ਤੇ ਕੱਲ ਨੂੰ ਫਿਰ ਕੋਈ ਨਵੀਂ ਸਰਕਾਰ ਆਊਗੀ ਉਹ ਕੋਈ ਮਤਾ ਪਾ ਦੂ ਉਹ ਮਤਾ ਪਾ ਦੇਣਗੇ ਜੀ ਦਰਬਾਰ ਸਭ ਦਾ ਪ੍ਰਮੰਤਾ ਸਰਕਾਰੀ ਵੇਖ ਲੂਗੀ ਕੀ ਲੋੜ ਐ ਇੱਥੇ ਐਸਜੀਪੀਸੀ ਦੀ ਕੋਈ ਹੋਰ ਮਤਾ ਪੈ ਜੂਗਾ ਤੁਹਾਨੂੰ ਤੁਹਾਨੂੰ ਕੀ ਲੱਗਦਾ ਭਾਈ ਸਾਹਿਬ ਵੀ ਜਿਵੇਂ ਗੱਲਬਾਤ ਇਹ ਆ ਰਹੀ ਸੀ ਕਾਫੀ ਟਾਈਮ ਤੋਂ ਚੱਲ ਰਿਹਾ ਸੀ ਕਿ ਇੱਕ ਚੈਨਲ ਤੇ ਕਿਉਂ ਟੈਲੀਕਾਸਟ ਹੁੰਦੀ ਆ ਤੁਹਾਨੂੰ ਕੀ ਲੱਗਦਾ ਬੀ ਐਸਜੀਪੀਸੀ ਨੂੰ ਪਹਿਲਾਂ ਕਰਨਾ ਚਾਹੀਦਾ ਸੀ ਆਪਣੀ ਮੀਟਿੰਗ ਸੱਦਦੇ ਵੀ ਹਾਂ ਵੀ ਇਹ ਗੱਲ ਤੇ ਆਪ ਕਿੰਤੂ ਪ੍ਰੰਤੂ ਹੋਰਾਂ ਨੂੰ ਸਹੀ ਕਰੋ ਬਿਲਕੁਲ ਜੀ ਇਹ ਤਾਂ ਦੇਖੋ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਆਦੇਸ਼ ਦਿੱਤਾ ਸੀਗਾ ਕਿ ਐਸਜੀਪੀਸੀ ਨੂੰ ਆਪਣਾ ਚੈਨਲ ਬਣਾ ਲੈਣਾ ਚਾਹੀਦਾ ਹੈ ਤਾ ਆਪਣਾ ਚੈਨਲ ਬਣਾਉਣ ਦੀ ਥਾਂ ਤੇ ਐਸਜੀਪੀਸੀ ਵੱਲੋਂ ਟੈਂਡਰ ਮੰਗੇ ਜਾ ਰਹੇ ਨੇ ਕਿ ਜੀ ਟੈਂਡਰ ਇਹ ਡਰਾਮਾ ਚੱਲ ਰਿਹਾ ਇਹਨਾਂ ਨੇ ਸਾਰਾ ਮੌਕਾ ਜਿਹੜਾ ਉਹਨਾਂ ਨੂੰ ਦਿੱਤਾ ਮਤਲਬ ਅੱਜ ਜਿਹੜੀ ਸਰਕਾਰੀ ਦਖਲ ਇਹ ਚ ਕੋਈ ਸ਼ੱਕ ਨਹੀਂ ਸਰਕਾਰੀ ਦਖਲ ਅੰਦਾਜ਼ੀ ਹੈ ਪਰ ਇਹਦਾ ਸਾਰਾ ਮਾਹੌਲ ਜਿਹੜਾ ਬਣਿਆ ਇਹਦੇ ਲਈ ਐਸਜੀਪੀਸੀ ਦੇ ਮੌਜੂਦਾ ਪ੍ਰਬੰਧਕ ਬਾਦਲ ਹੋਰੀ ਸਾਰੇ ਦੇ ਸਾਰੇ ਜ਼ਿੰਮੇਵਾਰ ਨੇ ਤਾਂ ਜਿਹੜੇ ਅਸੀਂ ਸਿੱਖ ਹੈਗੇ ਆਂ ਜਿਹੜੇ ਬਾਦਲ ਦੇ ਐਂਟੀ ਆ ਕਿਉਂਕਿ ਬਾਦਲ ਨੇ ਕੌਮ ਦਾ ਕਹਾਣ ਕਰਿਆ ਉਸ ਕਰਕੇ ਦੁਨੀਆ ਪਰ ਵਿੱਚ ਵਸਦੇ ਹੋਏ ਜਿਹੜੇ ਸੁਹਿਰਦ ਸਿੱਖ ਨੇ ਸੁਚੇਤ ਨੇ ਉਹ ਬਾਦਲ ਦੇ ਐਂਟੀਓ ਹੀ ਨੇ ਪਰ ਇਹਦੇ باوجود ਵੀ ਅਸੀਂ ਕਹਿ ਰਹੇ ਹਾਂ ਕਿ ਜਿਹੜਾ ਮਾਨ ਸਰਕਾਰ ਦਾ ਜਿਹੜਾ ਤਰੀਕਾ ਹੈਗਾ ਇਹ ਬਿਲਕੁਲ ਗੈਰ ਸਿਧਾਂਤਕ ਹੈ ਇਹ ਠੀਕ ਤਰੀਕਾ ਨਹੀਂ ਹੈ ਕਿਉਂਕਿ ਐ ਜੀ ਪੀ ਸੀ ਦੀ ਭਾਵੇਂ ਜਿਹੜੀ ਟਰਮ ਹੈ ਉਹ 2016 ਦੇ ਵਿੱਚ ਪੂਰੀ ਹੋ ਚੁੱਕੀ ਆ ਤਾਂ ਜਿਹੜੀ ਸਰਕਾਰ ਦੀ ਦਖਲ ਅੰਦਾਜ਼ੀ ਬਣਦੀ ਹੈ ਸੈਂਟਰ ਸਰਕਾਰ ਦੀ ਜਾਂ ਪੰਜਾਬ ਸਰਕਾਰ ਇਹਦੇ ਤੇ ਚਾਰਾ ਜੋਈ ਕਰੇ ਉਹ ਇਹਨਾਂ ਦੀ ਦਖਲਅੰਦਾਜ਼ੀ ਸਿਰਫ ਇੰਨੀ ਕ ਹੈ ਕਿ ਜਿਹੜੀ ਐ ਜੀ ਪੀ ਸੀ ਦੀ ਚੋਣ ਹੈ ਉਹ ਸਰਕਾਰ ਨੇ ਕਰਾਉਣੀ ਆ ਤਾਂ ਉਸ ਪਾਸੇ ਤਾਂ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਇਹ ਜਿਹੜੀਆਂ ਨਵੀਆਂ ਨਵੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਅਸੀਂ ਮੌਜੂਦਾ ਐ ਜੀ ਪੀ ਸੀ ਦੇ ਪ੍ਰਬੰਧਕਾਂ ਨਾਲ ਬਿਲਕੁਲ ਵੀ ਸਹਿਮਤ ਨਹੀਂ ਆ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਔਰ ਮੈਂ ਇਹ ਵੀ ਸਾਫ਼ ਲਫ਼ਜ਼ਾਂ ਚ ਕਹਿਣਾ ਚਾਹੁੰਦਾ ਕਿ ਜਿਹੜਾ ਜਿਹੜੀ ਤੁਰਕੀ ਬਾਣੀ ਰੋਹਾਨੀ ਬਾਣੀ ਹੈ ਮੈਂ ਮਾਫੀ ਮੰਗਦਾ ਇਹ ਲਫ਼ਜ਼ ਵਰਤਦਾ ਕਿ ਉਹ ਕੋਈ ਪੀਟੀਸੀ ਦੀ ਜਿਹੜੀ ਸਕ੍ਰਿਪਟ ਨਹੀਂ ਹੈਗੀ ਜਿਹਦੇ ਤੇ ਉਹ ਆਪਣਾ ਹੱਕ ਜਤਾਉਂਦੇ ਆ ਦੂਜਾ ਸ਼੍ਰੀ ਦਰਬਾਰ ਸਾਹਿਬ ਹੈ ਉਹ ਕੋਈ ਪੀਟੀਸੀ ਦਾ ਸਟੂਡੀਓ ਨਹੀਂ ਹੈ ਤੀਜਾ ਜਿਹੜੇ ਗਾਇਨ ਕਰਨ ਵਾਲੇ ਨੇ ਉਹ ਗੁਰੂ ਘਰ ਦੇ ਸੇਵਾਦਾਰ ਨੇ ਉਹ ਕੋਈ ਪੀਟੀਸੀ ਦੇ ਮੁਲਾਜ਼ਮ ਨਹੀਂ ਹੈਗੇ ਤਾਂ ਪੀਟੀਸੀ ਦਾ ਕੋਈ ਇਕੱਲਾ ਹੱਕ ਹੋਣਾ ਬਿਲਕੁਲ ਜਾਇਜ਼ ਨਹੀਂ ਪਰ ਇਹਦੇ باوجود ਵੀ ਵੀ ਜਿਹੜਾ ਸਰਕਾਰ ਆਪ ਮੁਹਾਰੇ ਫੈਸਲਾ ਲੈ ਰਹੀ ਹੈ ਤਾਂ ਇਹ ਜਿਹੜਾ ਗੱਲ ਸਹੇਦ ਹੀ ਨਹੀਂ ਗੱਲ ਪਹੇਦ ਹੀ ਹੈ ਭਵਿੱਖ ਵਿੱਚ ਜਿਹੜਾ ਰਾਹ ਖੁੱਲ ਰਿਹਾ ਇੱਕ ਉਹ ਹਾਲਾਂਕਿ ਉਹਦੀਆਂ ਜੜਾਂ ਬਾਦਲਾਂ ਨੇ ਲਾਈਆਂ ਨੇ ਪਰ ਇਹ ਰਾਹ ਬਿਲਕੁਲ ਗਲਤ ਹੈ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਸੀ ਬਿਲਕੁਲ ਮਾਜੀ ਸਾਹਿਬ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਇੱਥੋਂ ਤੱਕ ਕਿਹਾ ਕਿ ਕਿਤੇ ਨਾ ਕਿਤੇ ਜਿਹੜੇ ਜਥੇਦਾਰ ਸੀ ਪਹਿਲਾਂ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਇਹ ਚੈਨਲ ਦਾ ਟੈਲੀਕਾਸਟ ਸਾਰਿਆਂ ਨੂੰ ਹੋਣਾ ਚਾਹੀਦਾ ਹੈ ਪ੍ਰਸਾਰਣ ਦਾ ਵੀ ਤਾਈਆਂ ਲਾਏ ਗਏ ਨੇ ਇੱਥੋਂ ਤੱਕ ਕਹਿਤਾ ਮੁੱਖ ਮੰਤਰੀ ਭਗਵੰਤ ਮਾਨ ਦੇਖੋ ਇਹ ਤਾਂ ਗੱਲ ਬੜੀ ਸਾਫ਼ ਹੈ ਜੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਦੋਂ ਉਹ ਗੱਲ ਥੋੜੀ ਥੋੜੀ ਕਰਨ ਲੱਗੇ ਉਸ ਪੱਖ ਦੀ ਜਿਵੇਂ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਬਾਰੇ ਵੀ ਕਿਹਾ ਕਿ ਅਕਾਲੀ ਦਲ ਜਿਹੜੀ ਹੈ ਸਰਮਾਇਦਾਰਾਂ ਦੀ ਪਾਰਟੀ ਬਣ ਗਈ ਕਿਸਾਨਾਂ ਮਜ਼ਦੂਰਾਂ ਦੀ ਨਹੀਂ ਰਹੀ ਜਾਂ ਅਕਾਲੀ ਦਲ ਨੇ ਪੰਥਕ ਅ ਪੰਥ ਤੋਂ ਮੂੰਹ ਮੋੜ ਲਿਆ ਇਸ ਤਰ੍ਹਾਂ ਦੀਆਂ ਜਦੋਂ ਉਹਨਾਂ ਨੇ ਗੱਲਾਂ ਕੀਤੀਆਂ ਤਾਂ ਉਹ ਕੁਦਰਤੀ ਹੈ ਵੀ ਇਹਨਾਂ ਨੂੰ ਲੱਗ ਰਹੀਆਂ ਸੀਗੀਆਂ ਤਾਂ ਜਿਸ ਤਰੀਕੇ ਨਾਲ ਉਹਨਾਂ ਨੂੰ ਹਟਾਇਆ ਗਿਆ ਇਸ ਤਰੀਕੇ ਨਾਲ ਤਾਂ ਮੈਂ ਸਾਫ਼ ਲਫ਼ਜ਼ਾਂ ਚ ਕਹੂੰਗਾ ਕਿ ਤੁਸੀਂ ਦੱਸੋ ਵੀ ਕਿਸੇ ਪਿੰਡ ਦਾ ਚੌਂਕੀਦਾਰ ਵੀ ਜਾਂ ਕਿਸੇ ਸੰਸਥਾ ਦਾ ਪੀਨ ਵੀ ਇਸ ਤਰ੍ਹਾਂ ਨਹੀਂ ਹਟਾਇਆ ਜਾਂਦਾ ਜਿਵੇਂ ਇਹ ਜਥੇਦਾਰਾਂ ਨੂੰ ਬਦਲਦੇ ਆ ਤਾਂ ਇਹਨਾਂ ਨੇ ਬਣਾ ਤਾਂ ਮਜ਼ਾਕ ਰੱਖਿਆ ਕੋਈ ਵਿਧੀ ਵਿਧਾਨ ਬਣਨਾ ਚਾਹੀਦਾ ਵੀ ਜਥੇਦਾਰ ਜਿਹੜਾ ਹੈਗਾ ਕਿਸ ਤਰੀਕੇ ਨਾਲ ਬਣੇ ਸਾਰਾ ਸਿਸਟਮ ਚੱਲੇ ਪਰ ਇਹਨਾਂ ਨੇ ਪੂਰਾ ਮਜ਼ਾਕ ਬਣਾਇਆ ਹੋਇਆ ਤੇ ਇਹ ਸਾਰੇ ਜਿਹੜੇ ਅੱਜ ਸਾਨੂੰ ਇਹ ਸਮੱਸਿਆਵਾਂ ਆ ਰਹੀਆਂ ਜਿਹੜੇ ਅਸੀਂ ਸਿੱਖ ਹੈਗੇ ਆ ਦੇਖੋ ਜਿਨ੍ਹਾਂ ਦੀ ਪਾਰਟੀ ਕੋਈ ਨਹੀਂ ਇੱਕ ਤਾਂ ਪਾਰਟੀਆਂ ਦੇ ਸਿੱਖ ਬਣ ਗਏ ਵੀ ਜਿਨ੍ਹਾਂ ਨੂੰ ਹੁਣ ਇੱਕ ਜਿਹੜੇ ਬਾਦਲਦਲ ਵਾਲੇ ਆ ਉਹ ਐ ਰੱਟ ਲਾਈ ਆ ਉਹਨਾਂ ਨੇ ਇੱਕੋ ਗੱਲ ਕਹੀ ਜਾਂਦੇ ਆ ਜੀ दखਲ ਅੰਦਾਜ਼ੀ ਹੋ ਗਈ ਸਰਕਾਰ ਦੀ दखਲ ਅੰਦਾਜ਼ੀ ਹੋ ਗਈ ਇਹ ਗੱਲ ਸੱਚੀ ਹੈ ਪਰ ਇਹ ਅਧੂਰਾ ਸੱਚ ਹੈ ਜਿਹੜੀ ਰਾਜ ਸਰਕਾਰ ਨੇ दखਲ ਅੰਦਾਜ਼ੀ ਕੀਤੀ ਆ ਇਹ ਬਾਦਲ ਨੇ ਇਹਦਾ ਰਾਹ ਖੋਲਿਆ ਸੀਗਾ ਉਹ ਤਾਂ ਜਾ ਕੇ ਹੋਈ ਹੈ ਤੇ ਜਿਹੜੇ ਆਮ ਆਦਮੀ ਨਾਲ ਸੰਬੰਧਤ ਨੇ ਉਹ ਬਾਦਲ ਦੀਆਂ ਕਰਤੂਤਾਂ ਦੱਸੀ ਜਾਂਦੇ ਪਰ ਅਸੀਂ ਜਿਹੜਾ ਗੁਰੂ ਸਾਹਿਬ ਨੇ ਕਿਹਾ ਹਮ ਹਰਸਿਓ ਢੜਾ ਕੀਆ ਮੇਰੀ ਹਰ ਟੇਕ ਮੈਂ ਹਰਬਿਨ ਪਖ ਢੜਾ ਅਵਰਨਾ ਕੋਈ ਹੋਂ ਹਰਗੁਣ ਗਾਵਾਂ ਅਸੰਖ ਅਨੇਕ ਅਸੀਂ ਸਿਰਫ ਗੁਰੂ ਦੇ ਸੇਖਾਂ ਸਾਨੂੰ ਤਾਂ ਕੋਈ ਢੜੇ ਨਾਲ ਮਸਲਾ ਨਹੀਂ ਹੈ ਇਸ ਕਰਕੇ ਜਿੱਥੇ ਜਿਹੜਾ ਗਲਤ ਹੈ ਉਹ ਗਲਤ ਹੈ ਐ ਜੀਪੀਸੀ ਦੇ ਮੌਜੂਦਾ ਪ੍ਰਬੰਧਕਾਂ ਨੇ ਵੀ ਗਲਤ ਕੀਤਾ ਬਾਦਲਾਂ ਨੇ ਵੀ ਗਲਤ ਕੀਤਾ ਤੇ ਆਹ ਜਿਹੜਾ ਫੈਸਲਾ ਪੰਜਾਬ ਸਰਕਾਰ ਨੇ ਕੀਤਾ ਭਾਵਨਾਤਕ ਤੌਰ ਤੇ ਮੈਂ ਇਸ ਫੈਸਲੇ ਨਾਲ ਆ ਪਰ ਸਿਧਾਂਤਕ ਤੌਰ ਤੇ ਇਹ ਬਿਲਕੁਲ ਠੀਕ ਫੈਸਲਾ ਨਹੀਂ ਹੋਇਆ ਬਿਲਕੁਲ ਵੈਸੇ ਪੀਟੀਸੀ ਦੇ ਐਮ ਡੀ ਉਹ ਵੀ ਕੈਮਰੇ ਅੱਗੇ ਆਏ ਉਹਨਾਂ ਨੇ ਕਿਹਾ ਕਿ ਅਸੀਂ 1 ਕਰੋੜ ਦਾ ਇਨਾਮ ਦਵਾਂਗੇ ਜੇ ਕੋਈ ਇਹ ਕਹਿ ਦੂਗਾ ਵੀ ਅਸੀਂ ਪੈਸੇ ਲੈਨੇ ਐ ਐਸਜੀਪੀਸੀ ਤੋਂ ਅਸੀਂ ਉੱਥੋਂ ਪ੍ਰਸਾਰਣ ਕਰਨ ਲਈ ਪੈਸੇ ਲੈਨੇ ਵੀ ਅਸੀਂ ਤਾਂ ਫ੍ਰੀ ਸੇਵਾ ਕਰ ਰਹੇ ਹਾਂ ਇੱਥੋਂ ਤੱਕ ਕਹਿ ਰਹੇ ਨੇ ਦੇਖੋ ਉਹ ਫ੍ਰੀ ਸੇਵਾ ਨਹੀਂ ਉਹ ਅਸਲ ਦੇ ਵਿੱਚ ਐਵੇਂ ਖਾਮ ਖਾ ਗੱਲ ਨੂੰ ਵਧਾਉਣਾ ਘਟਾਉਣਾ ਚਾਹੁੰਦੇ ਆ ਗੱਲ ਇਹ ਹੈ ਕਿ ਜਦੋਂ ਦਰਬਾਰ ਸਾਹਿਬ ਤੋਂ ਕੀਰਤਨ ਚੱਲਦਾ ਹੈ ਤਾਂ ਉਹ ਵਿਸ਼ਵ ਦੇ ਕੋਨੇ-ਕੋਨੇ ਵਿੱਚ ਸੰਗਤ ਸੁਣਦੀ ਹੈ ਫੋਰਨ ਕੰਟਰੀਆਂ 'ਚ ਵੀ ਸੁਣਦੀ ਹੈ ਤਾਂ ਉਹਦੇ ਸਿੱਖ ਜਿਹੜੇ ਇਸ ਚੈਨਲ ਕਰਕੇ ਸਪੈਸ਼ਲ ਉਹਨਾਂ ਨੂੰ ਐਕਸਟਰਾ ਡਾਲਰ 50 50 100 100 ਡਾਲਰ ਜਿੰਨੇ ਵੀ ਨੇ ਉਹ ਦੇਣੇ ਪੈਂਦੇ ਆ ਇਸ ਤਰੀਕੇ ਨਾਲ ਵੀ ਇਹਨਾਂ ਨੂੰ ਕਮਾਈ ਹੁੰਦੀ ਹੈ ਤੇ ਪੀਟੀਸੀ ਦਾ ਜਿਹੜਾ ਚੱਲਦਾ ਹੀ ਸ੍ਰੀ ਦਰਬਾਰ ਸਾਹਿਬ ਕਰਕੇ ਆ ਸੋ ਇਸ ਕਰਕੇ ਉਹ ਕਹਿ ਰਹੇ ਆ ਵੀ ਅਸੀਂ ਬਹੁਤ ਵੱਡੀ ਸੇਵਾ ਕਰ ਰਹੇ ਆ ਇਹੋ ਜੀ ਕੋਈ ਗੱਲ ਨਹੀਂ ਬਲਕਿ ਉਹਨਾਂ ਨੇ ਬੜੀ ਵਾਰੀ ਇਹ ਅਵਗਿਆ ਕੀਤੀ ਆ ਕਿ ਜੋ ਕਿਸੇ ਵੈਬ ਚੈਨਲ ਵਾਲੇ ਨੇ ਐਜੀਪੀਸੀ ਦੇ ਉਥੋਂ ਵੈਬਸਾਈਟ ਤੋਂ ਲੈ ਕੇ ਹੁਕਮਨਾਵਾ ਸਾਹਿਬ ਕਰਤਾ ਤਾਂ ਉਹਨਾਂ ਨੂੰ ਵੀ ਕਾਪੀਰਾਈਟ ਭੇਜ ਦਿੰਦੇ ਸੀਗੇ ਤਾਂ ਇਹ ਕੋਈ ਕਾਪੀਰਾਈਟ ਕਿਸੇ ਦਾ ਨਹੀਂ ਬਣਦਾ ਇਹ ਤਾਂ તુਰਕੀ ਬਾਣੀ ਹੈ ਸੋ ਇਸ ਕਰਕੇ ਪੀਟੀਸੀ ਵੀ ਬਿਲਕੁਲ ਗਲਤ ਕਰ ਰਿਹਾ ਸਾਰਾ ਇਹ ਕੰਮ ਖਰਾਬ ਹੋ ਗਿਆ ਇਸ ਲਈ ਹੁਣ ਮੈਂ ਹੱਥ ਬਨ ਕੇ ਬੇਨਤੀ ਇਹ ਕਰਨੀ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਸਾਰੀ ਦੁਨੀਆ ਭਰ ਵਿੱਚ ਵਸਦੇ ਹੋ ਸਿੱਖਾਂ ਨੂੰ ਕਿ ਇੱਕ ਤਾਂ ਅਸੀਂ ਪਾਰਟੀ ਦੇ ਜਾਂ ਕਿਸੇ ਦੁਨਿਆਵੀ ਸਰਕਾਰ ਦੇ ਸਿੱਖ ਨਹੀਂ ਬਣਨਾ ਅਸੀਂ ਗੁਰੂ ਦੇ ਸਿੱਖ ਬਣਨਾ ਹੈ ਤੇ ਗੁਰੂ ਦੇ ਸਿੱਖ ਬਣ ਕੇ ਜਿਹੜੀ ਜਾਇਜ਼ ਗੱਲ ਹੈ ਉਹ ਅਸੀਂ ਬਨੁਕਤਾ ਸਾਹਮਣੇ ਰੱਖਣੀ ਹੈ ਔਰ ਸਾਡੇ ਸਮਾਜ ਦੇ ਵਿੱਚ ਉਹ ਵੀ ਬਹੁਤ ਸਾਰੇ ਲੋਕ ਆ ਗਏ ਨੇ ਜਿਹੜੇ ਬਾਦਲਾਂ ਨੂੰ ਮਾੜਾ ਕਹਿੰਦੇ ਨੇ ਕਹਿਣਾ ਵੀ ਚਾਹੀਦਾ ਪਰ ਬਾਦਲਾਂ ਨੂੰ ਮਾੜਾ ਕਹਿੰਦੇ ਕਹਿੰਦੇ ਉਹ ਨਵੇਂ ਬਾਦਲ ਪੈਦਾ ਹੋ ਰਹੇ ਨੇ ਕਈ ਤਾਂ ਵੀ ਬਿਲਕੁਲ ਉਸੇ ਤਰ੍ਹਾਂ ਵੀ ਜਿਵੇਂ ਬਾਦਲ ਮਸਤੀ ਕਰਦਾ ਰਿਹਾ ਹੁਣ ਜੇ ਸਾਡਾ ਦਾ ਲੱਗ ਜੇ ਐਸ ਕਿਸਮ ਦੇ ਲੋਕਾਂ ਤੋਂ ਵੀ ਸਾਨੂੰ ਬਹੁਤ ਸੰਭਲ ਕੇ ਰਹਿਣਾ ਪਊਗਾ ਕਿਉਂਕਿ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੋਧੀ ਨਹੀਂ ਅਸੀਂ ਉਹ ਸਿਸਟਮ ਦੇ ਵਿਰੋਧੀ ਹਾਂ ਜਿਹੜਾ ਗਲਤ ਸਿਸਟਮ ਹੈ ਤੋ ਉਹ ਉਹ ਫੇਰ ਮੰਨ ਲਓ ਬਾਦਲਾਂ ਦੀ ਥਾਂ ਮੈਂ ਕੱਲ ਨੂੰ ਕੋਈ ਹੋਰ ਆ ਕੇ ਉਹੀ ਕੁਝ ਕਰਦਾ ਤੇ ਉਹਦੀ ਵੀ ਆਪਾਂ ਵਿਰੋਧਤਾ ਕਰਾਂਗੇ ਜੀ ਬਿਲਕੁਲ ਮਾਜੀ ਸਾਹਿਬ ਕਿਵੇਂ ਦੇਖੋ ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਐਸਜੀਪੀਸੀ ਨੂੰ ਆਪਣਾ ਚੈਨਲ ਬਣਾਉਣਾ ਚਾਹੀਦਾ ਜੀ ਉਹ ਤੇ ਲਾਈਵ ਚੱਲੇ ਸਾਰਾ ਉਸ ਤੋਂ ਬਾਅਦ ਜਿਹੜੇ ਚੈਨਲ ਨੇ ਲੈਣਾ ਤਾਂ ਐਸਜੀਪੀਸੀ ਨਾਲ ਗੱਲਬਾਤ ਕਰੇ ਟੈਲੀਕਾਸਟ ਉਹਨਾਂ ਤੋਂ ਲੈ ਲਵੇ ਇਹ ਰਸਤਾ ਸਭ ਤੋਂ ਵਧੀਆ ਮੰਨਦੇ ਨੇ ਗੱਲਬਾਤ ਵੀ ਹੁੰਦੀ ਹੈ ਜਦੋਂ ਬਿਲਕੁਲ ਜੀ ਇਹ ਦੇਖੋ ਐਸਜੀਪੀਸੀ ਪਹਿਲੀ ਗੱਲ ਤਾਂ ਇਹ ਹੈ ਕਿ ਐਸਜੀਪੀਸੀ ਦਾ ਆਪਣਾ ਬਜਟ ਹੈ ਤੇ ਬਾਕੀ ਫੋਰਨ ਕੰਟਰੀਆਂ ਦੇ ਵਿੱਚ ਬਹੁਤ ਸਾਰੇ ਸਿੱਖ ਹੈਗੇ ਕਿ ਅਸੀਂ ਸਾਰਾ ਖਰਚਾ ਕਰਨ ਨੂੰ ਤਿਆਰ ਨੇ ਐਸਜੀਪੀਸੀ ਆਪਣਾ ਚੈਨਲ ਚਲਾ ਸਕਦੀ ਹੈ ਤੇ ਜਿਹੜੇ ਨੇ ਵੀ ਲੈਣਾ ਉਥੋਂ ਲਿੰਕ ਲਿਆ ਜਾ ਸਕਦਾ ਤੇ ਬਾਕਾਇਦਾ ਚੈਨਲ ਦੇ ਨਾਲ ਅਸੀਂ ਉਥੇ ਸ਼ਰਤਾਂ ਰੱਖੀਏ ਪੂਰੀਆਂ ਕਿ ਇਹ ਨਾ ਹੋਵੇ ਉਧਰੋਂ ਕੀਰਤਨ ਚੱਲ ਰਿਹਾ ਉਧਰੋਂ ਜੋਤਸ਼ੀਆਂ ਦੀਆਂ ਜਾਂ ਫਿਰ ਲੱਚਰਤਾ ਵਾਲੀਆਂ ਕੋਈ ਗੈਰ ਸਿਧਾਂਤਕ ਐਡਾਂ ਚੱਲ ਰਹੀਆਂ ਹੋਣ ਤਾਂ ਉਹ ਸਾਰਾ ਕੁਝ ਜਿਹੜਾ ਹੋ ਸਕਦਾ ਬាទ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਤੁਹਾਨੂੰ ਕਿ ਇਹ ਸਾਰਾ ਜਿਹੜਾ ਕੰਮ ਖਰਾਬ ਕੀਤਾ ਹੈ ਮੌਜੂਦਾ ਐਸਜੀਪੀਸੀ ਦੇ ਪ੍ਰਬੰਧਕਾਂ ਨੇ ਬਾਦਲਾਂ ਨੂੰ ਖੁਸ਼ ਕਰਨ ਦੇ ਲਈ ਸਾਰਾ ਖਰਾਬ ਕੀਤਾ ਹੈ ਅੱਜ ਮੈਂ ਸੁਣ ਰਿਹਾ ਸੀ ਹਰਜਿੰਦਰ ਸਿੰਘ ਧਾਮੀ ਜੀ ਕਹਿ ਰਹੇ ਨੇ ਕਿ ਗੁਰੂ ਦੇ ਨਾਲ ਜਿਨੇ ਮੱਥਾ ਲਾਇਆ ਉਹਦਾ ਮੱਥਾ ਫੁੱਟਿਆ ਹੀ ਫੁੱਟਿਆ ਇਹ ਬਿਲਕੁਲ ਜਾਇਜ਼ ਗੱਲ ਹੈ ਪਰ ਧਾਮੀ ਸਾਹਿਬ ਮੈਨੂੰ ਇਮਾਨਦਾਰੀ ਨਾਲ ਦੱਸੋ ਜਦੋਂ ਤੁਹਾਡਾ SGPC ਦਾ ਸੀਨੀਅਰ ਮੈਂਬਰ ਅੰਤਰੰਕ ਕਮੇਟੀ ਦਾ ਮੈਂਬਰ ਅਮਰਜੀਤ ਸਿੰਘ ਚਾਵਲਾ ਮੇਰੇ ਨਾਲ ਡਿਬੇਟ ਕਰਦਾ ਹੋਇਆ ਇੱਕ ਚੈਨਲ ਤੇ ਇਹ ਕਹਿ ਦਿੰਦਾ ਹੈ ਕਿ ਸਿੱਖ ਰਹਿਤ ਮਰਿਆਦਾ ਫਾਈਨਲੀ ਨਹੀਂ ਹੈ ਅਜੇ ਤੱਕ ਉਹ ਸਿਰਫ ਖਰੜਾ ਜਿਹੜੀ ਮੇਰੇ ਹੱਥ ਦੇ ਵਿੱਚ ਹੈ ਜਿਹੜੀ ਕਿ ਰਹਿਤ ਮਰਿਆਦਾ SGPC ਵਾਲੇ ਆ ਵੇਖ ਲੋ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਸ਼੍ਰੀ ਅੰਮ੍ਰਿਤਸਰ ਇਹਨਾਂ ਨੇ ਛਾਪੀ ਆ ਉੱਪਰ ਸਿੱਖ ਰਹਿਤ ਮਰਿਆਦਾ ਲਿਖਿਆ ਹੋਇਆ ਸਾਰਾ ਇਹਦੇ ਵਿੱਚ ਡਿਟੇਲ ਦਿੱਤੀ ਹੋਈ ਹੈ ਤਾਂ ਇਹ ਜਦੋਂ ਮੈਂ ਇੱਕ ਸਵਾਲ ਕੀਤਾ ਅਮਰਜੀਤ ਸਿੰਘ ਚਾਵਲਾ ਨੂੰ ਕਿ ਜਿਹਨੂੰ ਪੰਥਰਤਨ ਕਹਿੰਦੇ ਹੋ ਉਹਦਾ ਸਿਵਾ ਫਰੋਲਿਆ ਗਿਆ ਉਹਦੇ ਫੁੱਲ ਚੁਗੇ ਗਏ ਉਹਦੀਆਂ ਹੱਡੀਆਂ ਚੁਗੀਆਂ ਤੁਸੀਂ ਬਾਦਲ ਦੀਆਂ ਕੀ ਇਹ ਸਿੱਖ ਰਹਿਤ ਮਰਿਆਦਾ ਇਜਾਜ਼ਤ ਦਿੰਦੀ ਹੈ ਤਾਂ ਇਹਦਾ ਜਵਾਬ ਉਹਨਾਂ ਨੇ ਇਹ ਦਿੱਤਾ ਕਿ ਕੇ ਜੀ ਰਹਿਤ ਮਰਿਆਦਾ ਤਾਂ ਇਹ ਫਾਈਨਲੀ ਨਹੀਂ ਖੜ ਰਹਾ ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ ਬਾਰ ਬਾਰ ਉਹਨਾਂ ਨੇ ਇਹ ਗੱਲ ਕੀਤੀ ਆ ਤਾਂ ਮੈਂ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੇ ਨੂੰ ਟੈਲੀਫੋਨ ਲਾਇਆ ਉਸ ਉਹਨਾਂ ਨੇ ਫੋਨ ਚੱਕ ਕੇ ਮੈਂ ਫਤਿਹ ਸਾਂਝੀ ਕੀਤੀ ਪ੍ਰਧਾਨ ਸਾਹਿਬ ਵਾਇਗੁਰੂ ਜੀ ਦਾ ਖਾਲਸਾ ਵੇਰੀ ਫਤਿਹ ਫਤੇ ਤੋਂ ਬਾਅਦ ਉਹ ਕਹਿੰਦੇ ਨੇ ਕਿ ਤੁਹਾਡਾ ਮੈ ਟੈਲੀਫੋਨ ਆਉਣ ਦੇ ਨਾਲ ਹੀ ਤੁਹਾਡਾ ਲਾਂਭਾ ਵੀ ਮੈਨੂੰ ਮਿਲ ਗਿਆ ਮੇਰੀ ਗੱਲ ਨਹੀਂ ਸੁਣੀ ਮੈਂ ਤੇ 에ਰਪੋਰਟ ਤੇ ਬੈਠਾ ਇਹ ਤੇ ਆਪਾਂ ਡਿਸਕਸ ਕਰਦੇ ਹਾਂ ਅਸੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰਕੇ ਫੋਨ ਕੱਟ ਦਿੰਦੇ ਆ ਤਾਂ ਮੈਂ ਕਹਿੰਨਾ ਵੀ ਹੁਣ ਕਈ ਦਿਨ ਬੀਤ ਗਏ ਨੇ ਐ ਜੀ ਪੀ ਸੀ ਪ੍ਰਧਾਨ ਜਾਂ ਜਥੇਦਾਰ ਸ਼੍ਰੀ ਕਾਲ ਤਖਤ ਸਾਹਿਬ ਜਾਂ ਕਿਸੇ ਹੋਰ ਤਖਤ ਸਾਹਿਬ ਦੇ ਜਥੇਦਾਰ ਦਾ ਕਿਸੇ ਜ਼ਿੰਮੇਵਾਰ ਪਰਸਨ ਦਾ ਅਜੇ ਤੱਕ ਜਿਹੜਾ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ ਬਿਆਨ ਨਹੀਂ ਆਇਆ ਇਹ ਠੀਕ ਹੈ ਪੰਥ ਦੇ ਸੋਹਰਦ ਹਿੱਸੇ ਨੇ ਡਟ ਕੇ ਚਾਵਲਾ ਜੀ ਦੇ ਇਸ ਬਿਆਨ ਦੀ ਵਿਰੋਧਤਾ ਕੀਤੀ ਹੈ ਕਿ ਉਹ ਕਿਉਂ ਸਾਡੇ ਇਸ ਵਿਧਾਨ ਨੂੰ ਖਰੜਾ ਕਹਿ ਰਿਹਾ ਜਿਹਦੇ ਤੇ ਸਾਲਾਂ ਬੱਦੀ ਮਿਹਨਤ ਹੋਈ ਹੈ ਵਿਦਵਾਨਾਂ ਦੀ ਵੱਡੇ ਵੱਡਿਆਂ ਦੀ ਭਾਈਕਾਨ ਸਿੰਘ ਨਾਬਾ ਵਰਗਿਆਂ ਦੀ ਹੋਰ ਬਹੁਤ ਸਾਰੇ ਸੱਜਣਾ ਦੀ ਤਾਂ ਫਿਰ ਉਹ ਕਿਉਂ ਕਰ ਰਹੇ ਹੈ ਇਹੋ ਜੀ ਗੱਲ ਤਾਂ ਇਸ ਕਰਕੇ ਮਤਲਬ ਪਰ ਇਹਨਾਂ ਦਾ ਅਜੇ ਤੱਕ ਕੋਈ ਚੁੱਪੀ ਹੈ ਜਿਹੜੀ ਉਹ ਬੜੀ ਬੜੀ ਖਤਰਨਾਕ ਹੈ ਜਿੱਥੋਂ ਸਾਬਤ ਹੋ ਰਿਹਾ ਕਿ ਭਵਿੱਖ ਦੇ ਵਿੱਚ ਸਾਡੀ ਸਿੱਖ ਰਹਿਤ ਮਰਿਆਦਾ ਵੀ ਬਦਲ ਸਕਦੀ ਹੈ ਤਾਂ ਇਹ ਸਾਨੂੰ ਸਾਰੀਆਂ ਗੱਲਾਂ ਤੋਂ ਸੁਚੇਤ ਹੋਣਾ ਚਾਹੀਦਾ ਮੈਂ ਕਹਿਣਾ ਚਾਹੁੰਦਾ ਕਿ ਧਾਮੀ ਸਾਹਿਬ ਜਿਹੜਾ ਮੱਥਾ ਲਾਉਣ ਦੀ ਗੱਲ ਕਰਦੇ ਹੋ ਗੁਰੂ ਨਾਲ ਮੱਥਾ ਤੁਹਾਡੇ ਚਿਹਤਿਆਂ ਨੇ ਪਹਿਲਾਂ ਲਾਇਆ ਤੇ ਨਓ ਬਤਲਬ ਜਦੋਂ ਅਕਾਲ ਤਖਸਰ ਨੂੰ ਬਾਰ ਬਾਰ ਚੈਲੰਜ ਹੋਇਆ ਬਿਨਾ ਮੰਗਿਆ ਮਾਫੀ ਮੰਗਾਉਣੀ ਉਹ ਪੂਰੀ ਲੰਮੀ ਲਿਸਟ ਹੈ ਮੱਥਾ ਕਦੋਂ ਲਾਇਆ ਗਿਆ ਤੇ ਅੱਜ ਵੀ ਤਾਂ ਮੱਥਾ ਹੀ ਲਾਇਆ ਜਾ ਰਿਹਾ ਨਾ ਕਿ ਤੁਸੀਂ ਖਾਮ ਖਾ ਇੱਕ ਚੈਨਲ ਦੀ ਜਿਹੜੀ ਹੈਗੀ ਆ ਉਹਨੂੰ ਉੱਪਰ ਚੱਕਣ ਵਾਸਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਰੋਹਾਨੀ ਬਾਣੀ ਦੇ ਉੱਤੇ ਇਸ ਤਰ੍ਹਾਂ ਕਾਬਜ ਹੋ ਕੇ ਰਹਿਣਾ ਬਿਲਕੁਲ ਜਾਇਜ਼ ਨਹੀਂ ਜੀ ਬਿਲਕੁਲ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਨੇ ਵੀ ਕਿਤੇ ਨਾ ਕਿਤੇ ਇਹ ਗੱਲ ਆਖੀ ਆ ਕਿ ਐਵੇਂ ਜਿਵੇਂ ਸਰਕਾਰਾਂ ਕਰ ਰਹੀਆਂ ਨੇ ਐਵੇਂ ਨਹੀਂ ਕਰਨਾ ਚਾਹੀਦਾ ਅਸੀਂ ਇਧਰੋਂ ਐਸਜੀਪੀਸੀ ਨੂੰ ਅਸੀਂ ਬੇਨਤੀ ਕਰਦੇ ਹਾਂ ਉਹਨਾਂ ਦੇ ਨੁਮਾਇੰਦੇ ਜਾਣ ਪੰਜਾਬ ਸਰਕਾਰ ਦੇ ਨੁਮਾਇੰਦੇ ਬੈਠਣ ਵੀ ਇੱਕ ਸਾਰਥਕ ਗੱਲ ਕਰਨ ਕੋਈ ਉੱਥੇ ਹੱਲ ਕੱਢਣ ਵੀ ਕਿਵੇਂ ਕਰਨਾ ਵੀ ਉਹ ਆਪਾਂ ਹੱਲ ਕਰਾਂਗੇ ਉਹ ਹ ਇਵੇਂ ਜਿਵੇਂ ਮਤੇ ਪਾਸ ਕਰਕੇ ਨਾ ਕੰਮ ਚੱਲੇ ਗਿਆਨੀ ਰਗਵੀਰ ਸਿੰਘ ਹੋਰਾਂ ਦੀ ਗੱਲ ਕੁਛ ਹੱਦ ਤੱਕ ਜਾਇਜ਼ ਵੀ ਤੁਸੀਂ ਕਹਿ ਸਕਦੇ ਹੋ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਗਿਆਨੀ ਰਗਵੀਰ ਸਿੰਘ ਜੀ ਜਿਹੜੇ ਜਥੇਦਾਰ ਬਣੇ ਨੇ ਉਹਨਾਂ ਨੂੰ ਪਹਿਲਾਂ ਤਾਂ ਆਪਣੇ ਬਾਰੇ ਸਪਸ਼ਟ ਕਰਨਾ ਚਾਹੀਦਾ ਕਿ ਪਬਲਿਕ ਡੋਮੇਨ ਦੇ ਵਿੱਚ ਇਹ ਗੱਲ ਬਹੁਤ ਜ਼ਿਆਦਾ ਪ੍ਰਚਲਿਤ ਹੈ ਇਹ ਪਰਦਾਸ ਉਹੀ ਸਕਦੇ ਨੇ ਕਿ ਗਿਆਨੀ ਰਗਵੀਰ ਸਿੰਘ ਜੀ ਇਹ ਕਹਿੰਦੇ ਰਹੇ ਨੇ ਜਦੋਂ ਤਖਤ ਸ੍ਰੀ ਕੇਸਗੜ ਸਾਹਿਬ ਦੇ ਉਹ ਜਥੇਦਾਰ ਨੇ ਰਹੇ ਨੇ ਜਦੋਂ ਕਿ ਜਿਹੜਾ ਮਲ ਜਿਹੜੇ ਗਿਆਨੀ ਮਲ ਸਿੰਘ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਕਿ ਉਹਨਾਂ ਦਾ ਭੂਤ ਮੈਨੂੰ ਤੰਗ ਕਰਦਾ ਹੈ ਉਹ ਮੈਨੂੰ ਆ ਕੇ ਘੇਰਦਾ ਤੇ ਮੈਨੂੰ ਤੰਗ ਕਰਦਾ ਇਹ ਤੋਂ ਛੁਟਕਾਰਾ ਮੇਰਾ ਕਿਵੇਂ ਹੋਊਗਾ ਇਹ ਗੱਲ ਜਿਹੜੀ ਕੇਸਗੜ ਸਾਹਿਬ ਕੰਪਲੈਕਸ ਦੇ ਵਿੱਚ ਆਨੰਦਪੁਰ ਸਾਹਿਬ ਕੰਪਲੈਕਸ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਹੈ ਔਰ ਹੁਣ ਪਬਲਿਕ ਡੋਮੇਨ ਦੇ ਵਿੱਚ ਇਹ ਗੱਲ ਆ ਗਈ ਹੈ ਇਹਦੇ ਤੇ ਗਿਆਨੀ ਰਘਵੀਰ ਸਿੰਘ ਜੀ ਨੂੰ ਮੈਂ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਤੁਰੰਤ ਇਹਦੇ ਤੇ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਉਹਨੂੰ ਕੋਈ ਭੂਤ ਤੰਗ ਕਰ ਰਿਹਾ ਜੇ ਸਾਡੇ ਜਥੇਦਾਰਾਂ ਨੂੰ ਇਦਾਂ ਭੂਤ ਤੰਗ ਕਰਦੇ ਆ ਇਸ ਤਰ੍ਹਾਂ ਦੀ ਮਾਨਸਿਕਤਾ ਦੇ ਬੰਦੇ ਸਾਡੀ ਕੌਮ ਦੀ ਕਮਾਂਡ ਕਰਦੇ ਆ ਮਤਲਬ ਮਰੇ ਹੋਏ ਬੰਦਿਆਂ ਤੋਂ ਡਰੀ ਜਾਂਦੇ ਆ ਫਿਰ ਜਿਉਂਦੇ ਬੰਦਿਆਂ ਸਾਹਮਣੇ ਜਿਨ੍ਹਾਂ ਦੇ ਸਾਹ ਚੱਲਦੇ ਆ ਸੁਖਵੀਰ ਹੋਰੀ ਉਹ ਉਹਨਾਂ ਸਾਹਮਣੇ ਇਹ ਕਿਵੇਂ ਅੱਖਾਂ ਚ ਅੱਖਾਂ ਪਾ ਕੇ ਗੱਲ ਕਰਨਗੇ ਸੋ ਇਹ ਇਹ ਉਹਨਾਂ ਨੂੰ ਦੱਸਣਾ ਚਾਹੀਦਾ ਮਤਲਬ ਮੈਂ ਕੁੱਲ ਮਿਲਾ ਕੇ ਇਹ ਕਹਿਣਾ ਚਾਹੁੰਦਾ ਕਿ ਇਹ ਬੜਾ ਪੋਲਾ ਜਿਹਾ ਬਿਆਨ ਆ ਉਹਨਾਂ ਦਾ ਕਿ ਜੀ ਦੋਇ ਤਰ੍ਹਾਂ ਜੀ ਬੈ ਕੇ ਜੀ ਕੋਈ ਨਹੀਂ ਕਰ ਲੋ ਕਰ ਲੋ ਕਰ ਲੋ ਕਰ ਲੋ ਨਹੀਂ ਤੁਸੀਂ ਕਹੋ ਪਹਿਲਾਂ ਐਸਜੀਪੀਸੀ ਨੂੰ ਠੋਕ ਕੇ ਵੀ ਇਹ ਜਿਹੜੀ ਕਰਤੂਤ ਤੁਸੀਂ ਖੰਡਿਆਈ ਐ ਤੁਸੀਂ ਇਹ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਤੁਹਾਨੂੰ ਉਦੇਸ਼ ਦਿੱਤਾ ਸੀਗਾ ਬਤੌਰ ਜਥੇਦਾਰ ਹੁੰਦੇ ਆ ਕਿ ਤੁਸੀਂ ਆਪਣਾ ਚੈਨਲ ਬਣਾਓ ਉਹ ਚੈਨਲ ਤੁਸੀਂ ਬਣਾਇਆ ਨੀਜੇ ਬਣਾਇਆ ਹੁੰਦਾ ਫਿਰ ਤੇ ਮਸਲਾ ਹੀ ਨਹੀਂ ਸੀ ਫਿਰ ਕਿਸੇ ਦੀ ਹਿੰਮਤ ਨਹੀਂ ਸੀ ਵਿਧਾਨ ਸਭਾ 'ਚ ਮਤਾ ਪਾਉਣ ਦੀ ਤਾਂ ਇਹ ਸਾਰਾ ਇਸ ਕਰਕੇ ਹੋਇਆ ਕਿਉਂਕਿ ਉਹਨਾਂ ਨੇ ਨਲੈਕੀ ਕੀਤੀ ਹੈ ਪਹਿਲਾਂ ਜੀ ਤੁਸੀਂ ਵੀ ਮੰਨਦੇ ਹੋ ਕਿ ਹੁਣ ਬੈਠ ਕੇ ਗੱਲਬਾਤ ਹੋਵੇ ਉਸ ਤੋਂ ਬਾਅਦ ਜੋ ਵੀ ਮਤਾ ਹੋਵੇ ਸਭ ਤੋਂ ਪਹਿਲਾਂ ਐਸਜੀਪੀਸੀ ਦਾ ਆਪਣਾ ਚੈਨਲ ਬਣੇ ਕਿਉਂਕਿ ਕਈ ਸਵਾਲ ਖੜੇ ਹੁੰਦੇ ਨੇ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਆ ਕਿ ਉਹਦੇ ਵਿੱਚ ਕੋਈ ਐਵੇਂ ਦੀ ਐਡ ਨਾ ਚੱਲ ਪੇ ਜਿਹਦੇ ਨਾਲ ਕਿਤੇ ਨਾ ਕਿਤੇ ਸੰਗਤ ਨੂੰ ਠੇਸ ਪਹੁੰਚੇ ਜਾਂ ਗੁਰਬਾਣੀ ਨੂੰ ਠੇਸ ਪਹੁੰਚੇ ਵੀ ਵਧੀਆ ਤਰੀਕੇ ਨਾਲ ਇਹਦਾ ਵਧੀਆ ਹੱਲ ਤਾਂ ਫਿਰ ਐਸਜੀਪੀਸੀ ਦਾ ਆਪਣਾ ਚੈਨਲ ਹੀ ਆ ਬਿਲਕੁਲ ਜੀ ਐਸਜੀਪੀਸੀ ਦਾ ਆਪਣਾ ਚੈਨਲ ਹੋ ਸਕਦਾ ਦੇ ਕੰਮ ਕਰਨ ਤੇ ਥੋੜੀ ਜੀ ਸਲਾਹ ਮਸਬਰਾ ਲੈਣ ਸਿਆਣੇ ਵਿਦਵਾਨ ਸਜਣਾ ਤੋਂ ਫੇਰ ਹੀ ਸਾਰਾ ਠੀਕ ਹੋਊਗਾ ਨਹੀਂ ਤਾਂ ਇਦਾਂ ਬੇਇਮਾਨੀਆਂ ਕਰਕੇ ਟਾਈਮ ਪਾਸ ਕਰਨਾ ਇਹ ਜੀ ਦਖਲ ਅੰਦਾਜ਼ੀ ਕਰਤੀ ਜੀ ਉਹ ਦੂਜਾ ਕਹਿੰਦਾ ਨਹੀਂ ਜੀ ਇਹਨਾਂ ਨੇ ਕਬਜ਼ਾ ਮਤਲਬ ਇਹ ਗੱਲਾਂ ਨਹੀਂ ਇਮਾਨਦਾਰੀ ਨਾਲ ਕੰਮ ਕਰਨ ਦੀ ਲੋੜ ਹੈ ਜਿੱਥੇ ਜਿਹੜਾ ਗਲਤ ਹੈ ਗਲਤ ਹੈ ਜਿੱਥੇ ਜਿਹੜਾ ਠੀਕ ਹੈ ਉਹ ਠੀਕ ਹੈ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਭਾਈ ਹਰਜਿੰਦਰ ਸਿੰਘ ਮਾਜੀ ਸਿੱਖ ਪ੍ਰਚਾਰਕ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਕਿਉਂਕਿ ਮਸਲਾ ਪੂਰਾ ਗੰਭੀਰ ਹੋਇਆ ਪਿਆ ਪੂਰੇ ਪੰਜਾਬ 'ਚ ਚੱਲ ਰਿਹਾ ਵਿਧਾਨ ਸਭਾ 'ਚ ਬਿਲ ਪਾਸ ਵੀ ਕੀਤਾ ਆ ਕਿ 21 ਜੁਲਾਈ ਤੋਂ ਬਾਅਦ ਜਿਹੜਾ ਵੀ ਸਿਸਟਮ ਹੋਣਾ ਪ੍ਰਸਾਰਣ ਹਰ ਚੈਨਲ ਤੇ ਦੇਖੋਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਹ ਗੱਲ ਆਖੀ ਆ ਉਸ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿਉਂਕਿ ਮੰਗ ਵੀ ਬਹੁਤ ਆ ਸਿੱਖ ਪ੍ਰਚਾਰਕ ਪਾਈ ਹਰਜਿੰਦਰ ਸਿੰਘ ਮਾਝੀ ਨੇ ਵੀ ਇੱਥੋਂ ਤੱਕ ਕਿਹਾ ਕਿ ਕਿਤੇ ਨਾ ਕਿਤੇ ਐਸਜੀਪੀਸੀ ਨੂੰ ਆਪਣਾ ਚੈਨਲ ਬਣਾਉਣਾ ਚਾਹੀਦਾ ਉਹ ਟੈਲੀਕਾਸਟ ਅੱਗੇ ਦੇਣ ਤਾਂ ਕਿਤੇ ਨਾ ਕਿਤੇ ਉਹਤੇ ਕੰਡੀਸ਼ਨਾਂ ਰੱਖੀਆਂ ਜਾਣ ਐਵੇਂ ਦਾ ਹੋਵੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲਾ ਜਿਹੜਾ ਕਿਤੇ ਨਾ ਕਿਤੇ ਕੋਈ ਕੰਟਰੈਕਟ ਕਰਨਾ ਉਹ ਕੰਟਰੈਕਟ ਕਿਵੇਂ ਦਾ ਹੋ ਉਹ ਸਾਰੇ ਚੈਨਲਾਂ ਲਈ ਹੋਊਗਾ ਐਸਜੀਪੀਸੀ ਦਾ ਆਪਣਾ ਚੈਨਲ ਬਣੂਗਾ ਜਾਂ ਕਿਸ ਤਰੀਕੇ ਨਾਲ ਦੂਜੇ ਚੈਨਲਾਂ ਤੇ ਟੈਲੀਕਾਸਟ ਦਿੱਤੀ ਜਾਵੇਗੀ ਕੈਮਰਾਮੈਨ ਹਸਨ ਜੁਬਰਾ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ